अच्छा जी, मैं लॉक करा, बिस्मिल्लाह करा। एक आइटम को भला अपनी मर्जी नाल केड़ी आइटम? आइटम होर शै हुंदी है, कसीदे हुंदे ने। चलो फिर तुहाडा हुक्म है, अपनी मर्जी दी गल सुनावा, तो पता नहीं कितनी तुसी दाद दियो। हां मोहम्मद ने वाजिब जिसे कह दिया है, मोहम्मद ने वाजिब जिसे कह दिया है, मोहम्मद ने वाजिब जिसे कह दिया है। अपने हलाली होने का सबूत देना चाह रहे हैं और तुहानू दे रहे हैं, बादशाह अगर तो पहुँच जानी रिपोर्ट, लेकिन मैं तुहानू दवा, तुसी सारे रल के मैनू दे, वेख लैने है जल। मोहम्मद ने वाजिब जिसे कह दिया है, मोहम्मद ने वाजिब जिसे कह दिया है, मोहम्मद ने वाजिब जिसे कह दिया है, मोहम्मद ने वाजिब जिसे कह दिया है। शरीयत में बस वो शेरपुरा तुहाडे वास्ते आख रहे हैं, मोहम्मद ने वाजिब जिसे कह दिया है, शरीयत में बस वो अली की मिला है, अली मुस्तहब है तो फिर हमें खुदा ने, अली मुस्तहब है तो फिर हमें खुदा ने, इसे एक शेर तुहाडी खिदमत च पेश करना है, एक भाई का हुक्म, एक अपनी मर्जी, और ये आए ली आए ली। शेर तवज्जो नाल सुनना है, पहले खालिक आ रहे हैं, सोनी जुल्फां वाले आ, सोनी चादर वाले आ। हाथ जोड़ के मेहनत करांगा, हर बंदे अगे, हर बंदे का अपना कीता है, मैं तुहाडी कबर च नहीं आना, अपनी च जाना, तुसी मेरी च नहीं आना। लेकिन मैं एक फरमान सुनावन लगा, पहले खालिक आ रहे सोनी जुल्फां वाले, सोनी चादर वाले, यासीन ताहा मुजम्मल मुदस्सिर, मेरा सोना नबी, इतनी नमाज ना पढ़िया कर, इतनी इबादत ना करया कर, तेरे पैरों ते बर मन मैं खालिद नूं बर्दाश्त नहीं होंदा, इतनी इबादत ना कीती कर, इतनी इबादत ना कीती कर, इतनी इबादत ना कीती कर। लेकिन अज ओहदा याद दिला के खाले गल करी आखिए, ये मन का जो इनकार कर दे वो मां की सजा है। चाचा जी राजी हो, ऐ मैं भाई का हुक्म पूरा कर दिया, उसके बाद एक छोटा जा ऑपरेशन, और ये आए ली आए ली, ऐजाद कर दिया। आपकी भी है, मेरी जिंदगी तबीयत है आपकी। अच्छा चलो ठीक है, की क्या सी पाइन दसना भूल गया। हाँ पूरी कर ले तू, पूरी कर ले तू, दिल भी शेर, ताकि भीरा नाराज ना होवे।
ਇਨ ਧਰਤੀ ਨੂੰ ਅਰਸ਼ ਬਣਾਣਾ ਬਚਾ ਕੇ ਪੜਾਂਗਾ ਔਰ ਤੁਹਾਡੀ ਦੁਆ ਲੈ ਕੇ ਪੜਾਂਗਾ। ਬਾਣੀ ਚੁੱਕਿਆ ਆਪਾਂ, ਮੈਂ ਮਾਲਿਕ ਮੇਰੇ ਭਾਈ ਨੂੰ ਇੱਜ਼ਤ ਤਾ ਫਰਮਾਵੇ, ਜਿੱਥੇ ਤਸੀਫ ਫਰਮਾਓ, ਕਦੀ ਤੁਸੀਂ ਲਾਹੌਰ ਤਸੀਫ ਲਿਆਓ, ਤੁਹਾਡਾ ਆਪਣਾ ਘਰ ਰਾਤ ਦੇ ਦਿਨ ਦੇ ਨਹੀਂ ਨਹੀਂ ਤੇ ਮੈਂ ਲੈ ਕਦੋਂ ਰਿਹਾ, ਮੈਂ ਇੱਕ ਗੱਲ ਸੁਣਾ ਰਿਹਾ, ਫਿਕਰ ਦੁਬਾਰਾ ਪੜਦਾ ਜਿਵੇਂ ਕੋਈ ਸ਼ੱਕ ਨਹੀਂ ਇਹਦੇ ਵਿੱਚ। ਇਮਾਮ ਹੁਸੈਨ ਤੁਹਾਨੂੰ ਸਲਾਮਤ ਰੱਖਣ। ਇੱਕ ਡਿਊਟੀ ਰਹਿ ਗਈ ਜੀ ਆਖਰੀ, ਉਹ ਤੁਹਾਡੀ ਦੁਆ ਨਾਲ ਦਵਾਂ, ਉਹ ਬੜਾ ਲੰਬੇ ਸਫ਼ਰ ਦੀ ਸ਼ਾਹ ਚੰਦ ਚਿਰਾਗ ਦੀ ਦੋ ਨਜ਼ਮਾਂ ਇੱਕ ਹੈ ਸੁਣ ਲਓ ਤਾਂ ਕਿ ਮੇਰੇ 'ਤੇ ਰਾਜ਼ੀ ਰਹਿਣਾ, ਮੇਰਾ ਭਾਈ ਰਾਜ਼ੀ, ਤੁਸੀਂ ਰਾਜ਼ੀ, ਮਾਲਿਕ ਤੁਹਾਨੂੰ ਸਲਾਮਤ ਰੱਖੇ। ਸਾਡਾ ਚੂੰਕਿ ਘਰ ਤੁਸੀਂ ਕਦੇ ਤਸੀਫ ਲਿਆਓ ਨਾ ਅਤੇ ਇਲਾਕੇ 'ਚ ਮਸ਼ਹੂਰ ਹੈ, ਸਾਡੇ ਕਾਫੀ ਰਿਲੇਟਿਵਸ ਇਹਨਾਂ ਨੂੰ ਜਿੰਨੇ ਰਿਸ਼ਤੇਦਾਰ ਨੇ ਉਹ ਡਾਕਟਰਸ ਨੇ, ਕਲੀਨਿਕ ਆਪਣੇ ਉਹਨਾਂ ਬਣਾਏ ਨੇ, ਤਾਂ ਸਾਡੇ ਮੁਆਗ ਲੋਕ ਆਉਂਦੇ ਨੇ ਕਿ ਡਾਕਟਰਾਂ ਦੇ ਮੁੰਡੇ ਨੇ, ਉਹ ਕੋਈ ਸਾਨੂੰ ਚੋਟ ਲੱਗ ਜਾਏ ਅਤੇ ਪੱਟੀ ਫਰੀ, ਬਿਮਾਰ ਹੋ ਜਾਈਏ ਦਵਾਈ ਫਰੀ, ਟੀਕਾ ਫਰੀ। ਜੁਮਲਾ ਤੁਹਾਡੇ ਵਾਸਤੇ ਕੱਖ ਲੱਗਾ, ਪਤਾ ਨਹੀਂ ਕਿਹੜਾ ਬੰਦਾ ਜਿਹੜਾ ਇਸ ਨੂੰ ਸਮਝੇ, ਹਾਲਾਂ ਟੀਕਾ 10 ਲੱਖ ਤੋਂ ਘੱਟ ਲੱਗਦਾ ਨਹੀਂ। ਅੱਛਾ ਠੀਕ ਹੈ ਜੀ, ਮੇਰੀ ਸਿਹਤ 'ਤੇ ਫਰਕ ਨਹੀਂ ਪੈਣਾ ਜੇ। ਵਫਾਓਂ ਕੇ ਹਸੀ ਖਾਬੋਂ ਕੀ ਹੈ ਤਾਬੀਰ ਸਜਦੇ ਮੇਂ ਮਿਲਾ ਭਜਨ। ਸ਼ੇਰ ਇੱਕ ਐਸਾ ਹੈ ਜਿਹੜਾ ਮੈਂ ਪੜ੍ਹਾਂਗਾ ਦੁਬਾਰਾ ਆ ਜਾਏਗੀ ਗੱਲ, ਮੈਂ ਨੌਕਰ ਤੁਹਾਡਾ। ਇੱਕ ਕਿਸੇ ਜਗ੍ਹਾ 'ਤੇ ਸ਼ੇਰ ਨਹੀਂ ਪੜਿਆ, ਸਿਰਫ ਇੱਕੋ ਜਗ੍ਹਾ ਪੜਿਆ, ਗੁਜਰਾਤ, ਜਿਹੜੇ ਬੰਦੇ ਬਰਦਾਸ਼ਤ ਕਰ ਸਕੇ ਸਨ ਔਰ ਉਹਨਾਂ ਸਾਰਿਆਂ ਨੇ, ਤੁਸੀਂ ਥੋੜ੍ਹੇ ਬੈਠੇ ਹੋ, ਜਿੱਤੀ ਇਹ ਜਾਏ ਇਤਨੀ ਬਾਰਗਾਹ ਹੀ ਸੀ, ਐਂਡ ਤੱਕ ਬੰਦੇ ਸਨ ਸਾਰੇ ਖਲੋ ਕੇ ਇਸਤਕਬਾਲ ਕੀਤਾ ਸ਼ੇਰ ਦਾ। ਹਰ ਬੰਦੇ ਨੂੰ ਇੰਨੀਆਂ ਦਾ ਖਲੋ ਕੇ ਇਸਤਕਬਾਲ ਕਰੋ, ਲੇਕਿਨ ਜਿੰਨੀ ਸਮਝ ਆਏ ਇਤਨਾ ਬੋਲਣਾ ਕਿ ਨਜ਼ਰ ਤੋੜਨ ਵਾਲੀ ਹਵਾ ਤੁਹਾਡੀ ਝੋਲੀ ਖਾਲੀ ਨਾ ਰਹਿਣ ਦੇਵੇ। ਗਾਜ਼ੀ ਬਾਦਸ਼ਾਹ ਦੀ ਅਜ਼ਮਤ ਦਾ ਇੱਕ ਸ਼ੇਰ ਪੜ੍ਹਨ ਲੱਗਾ, ਗੱਲ ਕਿਹੜੀ ਆਖ ਰਿਹਾ, ਜ਼ਹੂਰ ਹੋਇਆ ਅਲੀ ਬਾਦਸ਼ਾਹ ਚਾਹਿਆ ਅਤੇ ਮੰਜ਼ਰ ਕਿਆ ਨਜ਼ਰ ਆਇਆ ਹੈ, ਅਲੀ ਕੇ ਹਾਥ ਪਰ ਦੇਖੋ ਸਜੀ ਮੰਨਾ ਬੈਠੇ ਨੌਕਰ ਸਮਝ ਲੈਣ ਆਪਣਾ।
ਰਾਸ ਮਿਲੇ ਅਗਲੇ ਜੁਮਲੇ ਤੇ ਦਾਦ ਨਾ ਦੇ ਸਕਣ ਤੇ ਇਹਨਾਂ ਦਾ ਅਕੀਦਾ ਇਹਨਾਂ ਦਾ ਮੇਰਾ ਮੇਰਾ ਸ਼ੇਰ ਲੇਕਿਨ ਮੈਂ ਤੁਹਾਡੇ ਵਾਸਤੇ ਪੜ੍ਹਿਆ ਤੁਹਾਡੇ ਹੁਕਮ ਦੀ ਤਾਮੀਲ ਕਰ ਰਿਹਾ ਭਜਨ ਇੱਕ ਮਿੰਟ ਬੈਠ ਜਾਓ ਅਤਲਵਾ ਆ ਗੱਲਾਂ ਵੀ ਮੈਂ ਗਿਆ ਜੇ ਮੇਰਾ ਅੱਛਾ ਬਿਸਮਿਲਲਾ ਮਾਲਿਕ ਤੁਹਾਨੂੰ ਸਲਾਮ ਕਰ ਅੱਲਾਹੁਮ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਮਾਲਿਕ ਤੁਹਾਨੂੰ ਸਲਾਮਤ ਰੱਖੇ ਮੈਂ ਤੁਹਾਡੇ ਵਾਸਤੇ ਸ਼ੇਰ ਪੜ੍ਹਨ ਲੱਗਾ ਇਹ ਸ਼ੇਰ 'ਤੇ ਤਵੱਜੋ ਫਰਮਾਉਣੀ ਹੈ ਮੈਂ ਇਸ ਵਾਸਤੇ ਰੁਕਿਆ ਤਾਂ ਕਿ ਮੇਰੇ ਲਫ਼ਜ਼ ਆਇਆ ਹੁਣ ਤਵੱਜੋ ਨਾਲ ਸ਼ੇਰ ਸਮਾਤ ਫਰਮਾਉਣਾ ਹੈ ਅਲੀ ਬਾਦਸ਼ਾਹ ਦੇ ਹੱਥ ਆਏ ਅਤੇ ਮੰਜ਼ਰ ਕਿਹੜੇ ਠਾਏ ਅਲੀ ਕੇ ਹਾਥ ਪਰ ਦੇਖੋ ਸਜੀਵਨਾ ਸਕੀ ਸੂਰਤ ਅਗਲੇ ਸਾਲ ਬਸ਼ਰਤ ਜ਼ਿੰਦਗੀ ਨੌਕਰੀ ਹੁਣ ਮੇਰੇ ਮਾਪੇ ਦਾ ਹੁਕਮ ਸੀ ਇਹ ਸ਼ੇਰ ਉਹਦੇ ਵਾਸਤੇ ਪੜ੍ਹਨ ਲੱਗਾ ਗਹਿਵਾਰੇ 'ਚ ਮੌਲਾ ਗਾਜ਼ੀ ਬਾਦਸ਼ਾਹ ਸੱਜੇ ਪਾਸੇ ਅਲੀ ਹਸੈਨ ਆਈ ਖੱਬੇ ਪਾਸੇ ਇਮਾਮ ਹੁਸੈਨ ਬਾਦਸ਼ਾਹ ਨੇ ਅਲੀ ਹਸੈਨ ਨੇ ਹੁਸੈਨ ਬਾਦਸ਼ਾਹ ਦੇ ਪਾਸੇ ਦੇ ਕੇ ਗੱਲ ਕਿਹੜੀ ਕੀਤੀ ਹੈ ਸੁਣੋ ਭਈਆ ਇਹ ਝੂਲਾ ਇਮਾਮ ਹੁਸੈਨ ਤੁਹਾਨੂੰ ਸਲਾਮਤ ਰੱਖੇ ਲੇਕਿਨ ਅਗਰ ਇਜਾਜ਼ਤ ਦਿਓ ਇਸਦੇ ਹਿੱਸੇ ਦਾ ਹੋਰ ਸ਼ੇਰ ਸੁਣਾ ਦਿਆਂ ਜਾਂ ਇਹੀ ਸੁਣਾਵਾਂ ਇਹੀ ਜ਼ੁਬਾਨ ਸੁਣਾ ਦਿਆਂ ਪਾਗ ਵੀ ਬਿਰਾ ਦੇ ਪਾਸ ਲੈ ਕੇ ਆਉਂਦੀ ਹੈ ਸੁਣੋ ਭਈਆ ਇਹ ਜਿੰਨੇ ਮਾਤਮੀ ਤੁਸੀਂ ਫਰਮਾਓ ਇੱਕ ਮਿੰਨਤ ਸਮਝ ਲਓ ਰਿਕੁਐਸਟ ਸਮਝ ਲਵੋ ਕਿ ਕਿਸੇ ਵੀ ਸਾਡੇ ਆਪਣੇ ਕਿਸੇ ਅਜ਼ੀਜ਼ ਦੇ ਘਰ ਦੀ ਸਾਲਗਿਰਾ ਹੋਵੇ ਨਾ ਅਤੇ ਇੱਕ ਜੁਮਲਾ ਬੜਾ ਪ੍ਰੋਮੀਨੈਂਟ ਜਿਹਾ ਸਾਰਿਆਂ ਨੂੰ ਬੋਲਣਾ ਪੈਂਦਾ ਜੀ ਠੀਕ ਹੈ ਜੀ ਅਤੇ ਜੇ ਜਸ਼ਨ 'ਚ ਖੁਸ਼ ਹੈ ਉਹਦੇ ਵਾਸਤੇ ਪਹਿਲੇ ਇੱਕ ਗੱਲ ਕਰੀਏ ਫਿਰ ਉਹਦੇ ਬਾਅਦ ਕੇਕ ਕੱਟੀ ਹੈ ਜਾਂ ਸਾਰਿਆਂ ਦੀ ਜੀ ਜੀ ਨਾਮ ਅਲੀ ਦਾ ਕਿਹੜੇ
ہر بندہ بولے تیرا رجب دی خوشبو میں گئی ہر سو Oh!